ਸਤਿ ਸ਼੍ਰੀ ਅਕਾਲ, ਮੈਂ ਸਾਕਸ਼ੀ ਕੌਰ, ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ 'ਤੇ। ਕਹਿੰਦੇ ਨੇ ਕਿਤਾਬਾਂ ਸਾਡੀਆਂ ਬਹੁਤ ਵਧੀਆ ਦੋਸਤ ਹੁੰਦੀਆਂ ਨੇ। ਕਿਤਾਬ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਹਨੂੰ ਪੜ੍ਹ ਕੇ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ। ਕਿਤਾਬਾਂ ਸਾਡੇ ਵਿਚਾਰਾਂ ਨੂੰ ਇੱਕ ਵੱਖਰੀ ਹੀ ਦਿਸ਼ਾ ਦੇ ਦਿੰਦੀਆਂ ਨੇ। ਅੱਜ ਮੈਂ ਅਜਿਹੀਆਂ ਦੋ ਕਿਤਾਬਾਂ ਬਾਰੇ ਗੱਲ ਕਰਨ ਜਾ ਰਹੀ ਹਾਂ ਜਿਹੜਾ ਮੈਨੂੰ ਲੱਗਦਾ ਕਿ ਹਰ ਇੱਕ ਨੂੰ ਪੜ੍ਹਨੀਆਂ ਚਾਹੀਦੀਆਂ ਨੇ। ਮੈਂ ਗੱਲ ਕਰ ਰਹੀ ਹਾਂ ਹਿਊਮੈਨਿਟੀ ਐਡਮਿਸਟ ਇਨਸੈਨਿਟੀ ਅਤੇ ਵਾਰੀਅਰ ਆਫਟਰ ਵਾਰ ਕਿਤਾਬਾਂ ਦੀ। ਇਹਨਾਂ ਦੇ ਲੇਖਕ ਨੇ ਤ੍ਰਿਦਿਵੇਸ਼ ਸਿੰਘ ਮੈਨੀ, ਜੋ ਇਸ ਟਾਈਮ ਸਾਡੇ ਨਾਲ ਮੌਜੂਦ ਨੇ। ਸਰ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਇਹਨਾਂ ਕਿਤਾਬਾਂ ਨੂੰ ਲਿਖਣ ਦੇ ਪਿੱਛੇ ਦਾ ਕਾਰਨ ਕੀ ਸੀ? ਆਈ ਥਿੰਕ ਛੋਟੀ ਉਮਰ ਤੋਂ ਹੀ, ਕਿਉਂਕਿ ਨਾਨਕੇ ਵੀ ਔਰ ਦਾਦਕੇ ਵੀ ਉਸ ਜਿਵੇਂ ਕਈ ਪਰਿਵਾਰ ਨੇ ਦੋਵੇਂ ਉਸ ਪਾਸਿਓਂ ਸੀਗੇ। ਲਾਹੌਰ ਬਾਰੇ, ਗੁਜਰਾਂਵਾਲਾ ਬਾਰੇ, ਕਹੂਟਾ ਬਾਰੇ ਕਈ ਵਾਰ ਸੁਣੀਦਾ ਸੀ ਵੀ ਯੂਨੋ। ਔਰ ਸਿਰਫ ਗੱਲ ਸਿਰਫ ਤਕਸੀਮ ਦੀ ਨਹੀਂ ਹੈ ਵੀ ਉਸ ਵੇਲੇ ਕੀ ਹੋਇਆ, ਉਸ ਤੋਂ ਪਹਿਲਾਂ ਵੀ ਕਿਵੇਂ ਸਾਰੇ ਇਕੱਠੇ ਰਹਿੰਦੇ ਸੀ। ਨਾਨਾ ਜੀ ਦੱਸਦੇ ਸੀਗੇ ਕਾਫੀ ਕੁਛ, ਔਰ ਆਪਣੇ ਜਿਵੇਂ ਉਹਨਾਂ ਨੇ ਦੱਸਣਾ ਜੀ ਉਹਨਾਂ ਦਾ ਜਿਹੜਾ ਮੌਲਵੀ ਸੀਗਾ ਵੀ ਕਿਵੇਂ ਜੋ ਠੀਕ ਨਹੀਂ ਲਿਖ ਮਤਲਬ ਉਰਦੂ ਜਦੋਂ ਨਹੀਂ ਚੰਗੀ ਤਰ੍ਹਾਂ ਲਿਖਦੇ ਸੀ ਕਿਵੇਂ, ਹਾਂਜੀ, ਅਤੇ ਕਿਵੇਂ ਉਹਨਾਂ ਨੂੰ ਉਹ ਪਨਿਸ਼ ਕਰਦਾ ਸੀਗਾ, ਹੈ ਜੀ। ਅਤੇ ਈਵਨ ਜਦ ਇਹਨਾਂ ਨੇ ਕਈ ਵਾਰ ਦੱਸਦੇ ਸੀਗੇ ਵੀ ਜਦੋਂ ਜਿਵੇਂ ਵਿਸਾਖੀ 'ਤੇ ਜਾਂ ਹੋਰ ਕੋਈ ਇਤਿਹਾਸਿਕ ਦਿਹਾੜੇ 'ਤੇ ਜਦੋਂ ਨਨਕਾਣਾ ਸਾਹਿਬ ਜਾਣਾ ਜਾਂ ਪੰਜਾ ਸਾਹਿਬ ਜਾਣਾ ਕੀ ਉਹ, ਕਿਉਂਕਿ ਉਹ ਫੌਜ 'ਚ ਸੀਗੇ ਅਤੇ ਪ੍ਰੀ ਪਾਰਟੀਸ਼ਨ ਜਿਹੜੀ ਯੂਨਾਈਟਿਡ ਆਰਮੀ ਸੀਗੀ ਇੰਡੀਅਨ, ਅਤੇ ਉਹਨਾਂ ਦੇ ਚੰਗੇ ਮਤਲਬ ਦੋਸਤ ਵੀ ਸੀਗੇ ਉਸ ਪਾਸਿਓਂ ਵੀ। ਅਤੇ ਇਨਫੈਕਟ ਉਹਨਾਂ ਦੀ ਇੱਕ ਕਹਾਣੀ ਜਿਹੜੀ ਮੈਂ ਤੁਹਾਨੂੰ ਦੱਸ ਜਿਹੜੀ ਕਿਤਾਬ ਹੈਗੀ ਹੈ ਉਹਦੇ ਵਿੱਚ ਉਹਨਾਂ ਦੀ ਇੰਟਰਵਿਊ ਹੈਗੀ ਹੈ। ਅਤੇ ਜਦੋਂ ਉਹ ਵਾਪਸ ਗਏ ਇੱਕ ਵਾਰ 2007 'ਚ ਉਹਨਾਂ ਨੂੰ ਮੌਕਾ ਮਿਲਿਆ ਸੀ ਵਾਪਸ ਜਾਣ ਦਾ, ਅਤੇ ਉਹਨਾਂ ਦਾ ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਰੈਜੀਮੈਂਟ ਸੀਗੀ ਓਰਿਜਿਨਲ ਉਹ ਤਾਂ ਓਬਵੀਅਸਲੀ ਡਿਸਬੈਂਡ ਹੋ ਕੇ ਮਰਜ ਹੋ ਗਈ ਸੀ ਦੂਜੀ ਰੈਜੀਮੈਂਟ 'ਚ। ਅਤੇ ਉਹਨਾਂ ਨੇ ਪੁੱਛਿਆ ਵੀ ਕਿਉਂਕਿ ਆਪਣੇ ਐਕਸ ਕੋਲੀਗਸ ਬਾਰੇ ਕੋਸ਼ਿਸ਼ ਕੀਤੀ ਵੀ ਕੋਈ ਜ਼ਿੰਦਾ, ਉਹ ਨਹੀਂ, ਫਿਰ ਇਸ ਤਰ੍ਹਾਂ ਨਹੀਂ ਲੱਭ ਜਿਹੜੀ ਅਸੀਂ ਗੱਲ ਕਰਦੇ ਹਾਂ ਬੜੀ, ਅਸੀਂ ਯੂਜ਼ ਜਦੋਂ ਅਸੀਂ ਵਤਨ ਇੰਟਲੈਕਚੁਅਲੀ ਯੂਜ਼ ਕਰਦੇ ਹਾਂ ਲੱਗਦਾ ਜੀ ਬੜਾ ਯੂਨੋ, ਅਸੀਂ ਥਿਓਰੈਟਿਕਲੀ ਕਹਿੰਦੇ ਕੋਨਸੈਪਟ ਆਫ ਵਤਨ ਜਾਂ ਹੋਮਲੈਂਡ ਜਾਂ ਜੋ ਵੀ ਹੈਗਾ। ਜਿਵੇਂ ਮੰਨ ਲਓ ਉੱਥੋਂ ਜਿਨ੍ਹਾਂ ਨੇ ਮਾਈਗ੍ਰੇਟ ਕੀਤਾ ਇੱਥੇ ਇੱਥੋਂ ਆਏ ਨੇ, ਉਜਾੜਾ ਹੋਇਆ ਸਾਰਾ ਕੁਝ, ਠੀਕ ਹੈ, ਦੇ ਗੋਟ ਬੈਕ ਟੂ ਦ ਨੋਰਮਲ ਲਾਈਵਸ, ਬਟ ਰੋਜ਼ ਕਿਤੇ ਨਾ ਕਿਤੇ ਇਹ ਗੱਲ ਹੁਣ ਛੋਟੀਆਂ ਛੋਟੀਆਂ ਗੱਲਾਂ ਨੇ, ਹੁਣ ਜਿਵੇਂ ਦੁਕਾਨਾਂ ਨੇ, ਹੈਂਜੀ, ਇੱਥੇ ਗੁਜਰਾਂਵਾਲਾ ਜੂਲਰਸ ਹੈ ਜਾਂ ਰਾਵਲਪਿੰਡੀ ਕੁਛ ਇਹੋ ਜਿਹੇ ਨਾਂ ਨੇ, ਹੈ ਕਰਾਚੀ, ਹਾਂਜੀ ਕਰਾਚੀ, ਉਸ ਪਾਸੇ ਮੁੰਬਈ, ਅੰਮ੍ਰਿਤਸਰ, ਜਲੰਧਰ, ਹੈਂਜੀ। ਅਤੇ ਈਵਨ ਜਿਹੜੀ ਬੋਲੀ ਹੈ, ਜਿਹੜੀ ਜ਼ੁਬਾਨ ਹੈ, ਉਹ ਇਕੱਲੀ ਇੱਕ ਪੀੜ੍ਹੀ ਨਹੀਂ, ਦੋ ਪੀੜ੍ਹੀਆਂ ਤੱਕ ਨਹੀਂ ਬਦਲਦੀ। ਹੁਣ ਮੈਂ ਕਈ ਵਾਰ ਮੈਨੂੰ ਕਈ ਲੋਕ ਕਹਿੰਦੇ ਨੇ ਕਿ ਪਤਾ ਲੱਗ ਜਾਂਦਾ ਵੀ ਤੁਹਾਡੀ ਜਿਹੜੀ ਕੁਛ ਮਿਲਦੀ ਜੁਲਦੀ ਉਸ ਪਾਸੇ, ਕਈ ਉਸ ਪਾਸੋਂ ਜਦੋਂ ਮਿਲਦੇ ਨੇ ਲੋਕ ਤਾਂ ਕਹਿੰਦੇ ਤੁਹਾਡੀ ਪੰਜਾਬੀ ਸਾਡੀ ਵਰਗੀ ਜ਼ਿਆਦਾ ਮਤਲਬ ਥੋੜ੍ਹੀ ਬਹੁਤ ਮਿਲਦੀ ਜੁਲਦੀ ਹੈ, ਮਤਲਬ ਮਿਕਸ ਹੁੰਦਾ। ਬਟ ਵੈਸੇ ਗੱਲ ਇਸ ਤਰ੍ਹਾਂ, ਜੋ ਮੈਂ ਵੇਖਿਆ ਜਿਹੜਾ 47 ਦੀਆਂ ਹੁਣ ਜਿਹੜੀਆਂ ਵੀ ਸਟੱਡੀਜ਼ ਆਈਆਂ ਆ ਓਵਰ ਅ ਪੀਰੀਅਡ ਆਫ ਟਾਈਮ, ਜਿਹੜਾ ਯੂਮੇਨ ਐਂਗਲ ਹੈ ਨਾ, ਉਹ ਬਹੁਤ ਪਹਿਲਾਂ ਨੋਵਲਸ ਦੇ ਫੋਰਮ 'ਚ ਆਇਆ ਸੀਗਾ, ਹੁਣ ਈਵਨ ਜਦੋਂ ਸਟੋਰੀਜ਼ ਰਿਕਾਰਡ, ਕਹਾਣੀਆਂ ਜਿਹੜੀਆਂ ਰਿਕਾਰਡ ਹੁੰਦੀਆਂ ਉਹਨਾਂ ਵਿੱਚ ਵੀ ਛੋਟੀਆਂ ਛੋਟੀਆਂ ਗੱਲਾਂ, ਨਿੱਕੀਆਂ ਗੱਲਾਂ ਜਿਹੜੀਆਂ ਅਸੀਂ ਮਿਸ ਆਊਟ ਕਰ ਜਾਂਦੇ ਸੀ ਪਹਿਲਾਂ, ਉਹ ਆਉਣੀਆਂ ਸ਼ੁਰੂ ਹੋ ਗਈਆਂ, ਮਤਲਬ ਵੰਡ ਦੇ ਵੇਲੇ ਦੀ ਵੀ ਉਸ ਤੋਂ ਪਹਿਲੇ ਦੀ ਵੀ। ਕਿਤਾਬ ਦੀਆਂ ਜਿਹੜੀਆਂ ਕਹਾਣੀਆਂ ਨੇ ਦੋਵੇਂ ਪਾਸਿਓਂ ਨੇ, ਮੋਸਟਲੀ ਪੰਜਾਬ ਦੀਆਂ ਹੀ ਹੈ, ਚੜ੍ਹਦੇ ਅਤੇ ਲੈਂਦੇ ਪੰਜਾਬ ਦੀਆਂ ਕਹਾਣੀਆਂ ਨੇ, ਬਟ ਕੁਛ ਬਾਹਰ ਵੀ ਇੱਕ ਦੋ ਜਿਵੇਂ ਇੱਥੇ ਨੈਚੁਰਲੀ ਹੁਣ ਕਿਉਂਕਿ ਦਿੱਲੀ 'ਚ ਪੰਜਾਬੀ ਆਏ ਸੀ, ਉੱਥੋਂ ਦਿੱਲੀ 'ਚ ਮੈਂ ਇੰਟਰਵਿਊਜ਼ ਕੀਤੀਆਂ ਸੀ, ਉਸ ਪਾਸੇ ਵੀ ਕੁਛ ਪੰਜਾਬ ਤੋਂ ਬਾਹਰ ਵੀ ਹੋਈਆਂ ਨੇ। ਔਰ ਇੰਟਰਸਟਿੰਗਲੀ ਕੁਛ ਇਹੋ ਜਿਹੇ ਵੀ ਸੀਗੇ, ਕਿਉਂਕਿ ਜਿਹੜੇ ਇੱਥੋਂ ਨੌਨ ਪੰਜਾਬੀ ਜਿਹੜੇ ਗਏ ਸੀ ਉਹ ਸੈਟਲ ਲਾਹੌਰ 'ਚ ਹੀ ਹੋਏ ਸੀਗੇ, ਸੋ ਉਹ ਹੈਗਾ, ਬਟ ਬ੍ਰੋਡਲੀ ਫੋਕਸ ਪੰਜਾਬ 'ਤੇ ਹੀ ਹੈ।
ਅਤੇ ਅਸੀਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਵੀ ਉਸ ਵੇਲੇ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਯੂਨੋ ਇੰਨੀ ਦਰਿੰਦਗੀ ਹੈ ਔਰ ਇੰਨਾ ਸਾਰਾ ਕੁਛ, ਉਹਦੇ ਬਾਵਜੂਦ ਕਈ ਲੋਕਾਂ ਨੇ ਮਤਲਬ ਜਿਵੇਂ ਮੁਸਲਮਾਨਾਂ ਨੇ ਗੈਰ ਮੁਸਲਮਾਨਾਂ ਨੂੰ ਬਚਾਇਆ, ਹਾਂਜੀ, ਔਰ ਗੈਰ ਮੁਸਲਮਾਨਾਂ ਨੇ ਮੁਸਲਮਾਨਾਂ ਨੂੰ ਵੀ ਔਰ ਬੜਾ ਮਤਲਬ ਉਸ ਸਿਚੁਏਸ਼ਨ 'ਚ ਵੀ ਇਹੋ ਜਿਹੇ ਲੋਕ. ਹੁਣ ਸਵਾਲ ਇਹ ਹੀ ਉੱਠਦਾ ਵੀ ਜਿਹੜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਸਿਆਸਤ ਉੱਤੇ ਅਸੀਂ ਫੋਕਸ ਕਰਦੇ ਹਾਂ ਸਾਰੀਆਂ ਗੱਲਾਂ, ਪਰ ਕਿਤੇ ਨਾ ਕਿਤੇ ਉਹ ਹਿਊਮਨ ਜਿਹੜੀ ਗੁੱਡਨੈਸ ਹੈ, ਜਿਹੜੀ ਇਨਸਾਨੀਅਤ ਹੈ, ਉਹ ਨਹੀਂ ਡਿਸਅਪੀਅਰ ਹੁੰਦੀ. ਅਤੇ ਉਹੀ ਔਰ ਉਹਦੇ ਮਤਲਬ ਜਿਵੇਂ ਕਈ ਗੱਲਾਂ ਨੇ, ਜਿਵੇਂ ਇੱਕ ਇੱਕ ਹੈ ਵੀ ਇਹ ਜਿਹੜਾ ਆਮ ਜਿਹੜਾ ਪੰਜਾਬੀ ਸੀਗਾ ਖਾਸ ਕਰਕੇ ਉੱਥੋਂ ਜਿਹੜੇ ਆ ਰਹੇ ਸੀ, ਇਹ ਕਈ ਕਿਤਾਬਾਂ 'ਚ ਵੀ ਆਇਆ, ਉਹ ਕਹਿੰਦੇ ਸੀ ਅਸੀਂ ਇੰਨੇ ਚਿਰ ਤੋਂ ਇਕੱਠੇ ਰਹਿ ਰਹੇ ਹਾਂ ਅਤੇ ਮਤਲਬ ਥੋੜ੍ਹੇ ਯੂ ਨੋ ਥੋੜ੍ਹੇ ਮਹੀਨੇ ਜਾਵਾਂਗੇ, ਹਾਲਾਤ ਜਦੋਂ ਠੀਕ ਹੋ ਜਾਣਗੇ ਅਸੀਂ ਵਾਪਸ ਆ. ਸਮਾਨ ਵੀ ਛੱਡਿਆ ਲੋਕਾਂ ਨੇ. ਅਤੇ ਇੱਕ ਇੱਕ ਇਹੋ ਜਿਹਾ ਵੀ ਕੇਸ ਸੀਗਾ ਜਿੱਥੇ ਇੱਕ ਸਿੱਖ ਨੂੰ ਉਹਦੇ ਜਿਹੜੇ ਉਹਦੇ ਪਿੰਡ ਤੋਂ ਜਿਹੜੇ ਦੂਜੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਕਿਹਾ ਸੀ ਜਿਹੜਾ ਝੰਡਾ ਹੈਗਾ ਯੂਨੋ ਅਨਫਰਲ ਕਰਨਾ ਪਾਕਿਸਤਾਨ ਦਾ ਫਲੈਗ. ਉਹ ਤੋਂ ਬਾਅਦ ਆਫਕੋਰਸ ਸਿਚੁਏਸ਼ਨ ਵਰਸਨ ਹੋਈ ਔਰ ਉਹ ਆ ਗਏ. ਅਤੇ ਕਈ ਇਹੋ ਜਿਹੇ ਔਰ ਬਾਅਦ ਦੀਆਂ ਵੀ ਮਤਲਬ 1947 ਤੋਂ ਬਾਅਦ ਵੀ ਮਿਲੇ ਨੇ ਕਈ ਇਹੋ ਜਿਹੀ ਇੰਸਟੈਂਸ. ਇੱਕ ਅੱਧ ਕਹਾਣੀ 'ਚ ਇਹ ਵੀ ਹੈ ਵੀ ਲੋਕਾਂ ਨੇ ਸਮਾਨ ਵਾਪਸ ਵੀ ਕੀਤਾ, ਕਿਉਂਕਿ ਥੋੜ੍ਹੀ ਦੇਰ ਇਹਨਾਂ ਨੇ ਅਰੇਂਜਮੈਂਟ ਕੀਤੀ ਸੀ ਵੀ ਯੂ ਕੈਨ ਮੀਟ ਕਲੋਜ਼, ਉੱਥੇ ਸਮਾਨ ਵਾਪਸ ਵੀ ਕੀਤਾ. ਸੋ ਕਈ ਹੁਣ ਤਾਂ ਬਹੁਤ ਕੁਛ ਆ ਗਿਆ, ਕਿਉਂਕਿ ਦੇਖੋ ਕਿਉਂਕਿ ਜਦੋਂ ਔਰਗਨਾਈਜੇਸ਼ਨ ਤੁਸੀਂ ਕਰਦੇ ਹੋ ਉੱਥੇ ਤੁਹਾਡੇ ਕੋਲ ਰਿਸੋਰਸਿਸ ਜ਼ਿਆਦਾ ਨੇ. ਇੱਥੇ ਤਾਂ 20 ਕਹਾਣੀਆਂ ਨੇ, ਇੱਥੇ ਸੈਂਟੀਮੈਂਟ ਸੀਗਾ ਸਾਡਾ ਵੀ ਅਸੀਂ ਵਿਖਾਉਣਾ ਵੀ ਜੀ ਇਹ ਐਂ ਵੀ ਹੋਇਆ. ਤੁਸੀਂ ਨੈਚੁਰਲੀ ਆਈ ਮੀਨ ਜਿਹੜਾ ਜਿਵੇਂ ਤੁਸੀਂ ਕਿਹਾ ਉਜਾੜਾ ਹੋਇਆ, ਜਿਹੜਾ ਲੋਸ ਹੋਇਆ ਉਹ ਤਾਂ ਯੂ ਕੈਨ ਨੋਟ ਮੇਕ ਅਪ ਫੋਰ ਇਟ, ਪਰ ਇਹ ਸਾਈਡ ਵੀ ਸੀ. ਅਤੇ ਔਰ ਬੜਾ ਮਤਲਬ ਖਾਸ ਕਰਕੇ ਮਤਲਬ ਹੁਣ ਇਹ ਗੱਲ ਐਮਫਸਾਈਜ਼ ਹੋਣੀ ਸ਼ੁਰੂ ਹੋਈ ਹੈ ਵੀ ਐਕਚੁਅਲੀ ਜਿਹੜੀ ਤਕਸੀਮ ਹੋਈ ਹੈ, ਜਿਹੜੀ ਵੰਡ ਹੋਈ ਹੈ, ਉਹ ਬੰਗਾਲ ਦੀ ਹੋਈ ਹੈ ਜਾਂ ਪੰਜਾਬ ਦੀ ਹੋਈ ਹੈ, ਹੈ ਨਾ. ਔਰ ਇੱਕ ਮੈਂ ਹੋਰ ਵੀ ਐਡ ਕਰਾਂਗਾ ਕਿ ਜਦੋਂ ਉਮਰ ਥੋੜ੍ਹੀ ਵੱਡੀ ਹੋਈ, ਫਿਰ ਜਦੋਂ ਅਸੀਂ ਕਿਊਰੀਓਸਿਟੀ ਆਈ, ਕਿਉਂਕਿ ਯੂ ਨੋ ਜਦੋਂ ਅਸੀਂ ਅਰਦਾਸ ਵੀ ਸੁਣਦੇ ਹਾਂ ਰੋਜ਼ ਵੀ ਸਾਡੇ ਜਿਹੜੇ ਗੁਰਧਾਮ ਸਾਡੇ ਤੋਂ ਜਿਹਨਾਂ ਤੋਂ ਵਿਛੋੜਾ ਹੋਇਆ ਸਾਡਾ, ਉਹਨਾਂ ਦੇ ਦਰਸ਼ਨ ਦੇ ਦਾਰੇ, ਉਹ ਵੀ ਇੱਕ ਕਿਊਰੀਓਸਿਟੀ ਸੀਗੀ, ਕਿਉਂਕਿ ਬਾਅਦ 'ਚ ਮੈਨੂੰ ਵੀ ਕਰਤਾਰਪੁਰ ਕੋਰੀਡੋਰ 'ਚ ਵੀ ਇੰਟਰਸਟ ਸੀਗਾ. ਸੋ ਪਾਰਟੀਸ਼ਨ ਦਾ ਇੱਕ ਤਾਂ ਇਹ ਸਾਈਡ ਹੈ ਹੀ ਹੈ ਵੀ ਜਿਹੜਾ ਲੋਸ ਹੋਇਆ ਸਾਰਾ, ਬਟ ਜਿਹੜਾ ਸਪਿਰਿਚੁਅਲ ਲੋਸ ਹੋਇਆ. ਔਰ ਇੱਕ ਗੱਲ ਕਈ ਲੋਕ ਨਹੀਂ ਸਮਝਦੇ ਵੀ ਕਈ ਲੋਕ ਨੇ ਜਿਹਨਾਂ ਦਾ ਇਸ ਪਾਸੇ ਕੋਈ ਰੂਟ ਸੀ ਹੀ ਨਹੀਂ, ਮਤਲਬ ਕਈਆਂ ਦੇ ਤਾਂ ਅੱਛਾ ਕਈਆਂ ਦੇ ਤਾਂ ਰੂਟ ਸੀਗੇ ਜੋ ਉੱਥੇ ਮਾਈਗ੍ਰੇਟ ਕਰ ਗਏ, ਹੈ ਜੀ. ਕਈਆਂ ਦੇ ਇਸ ਪਾਸੇ ਕੋਈ ਰੂਟਸ ਉਹਨਾਂ ਦੇ ਬਿਲਕੁਲ ਠੀਕ ਹੈ, ਆਉਂਦੇ ਜਾਂਦੇ ਸੀਗੇ, ਬਟ ਉਹ ਤਾਂ ਬਿਲਕੁਲ ਔਰ ਮਤਲਬ ਵੱਖਰੇਵੇਂ ਵੀ ਮਤਲਬ ਡਿਫਰੈਂਸਿਸ ਕਾਫੀ ਸੀਗੇ ਇਨ ਦ ਸੈਂਸ, ਨਾਟ ਕਿ ਐਟ ਬਿਟਵੀਨ ਪੀਪਲ. ਸਰ, ਇਸ ਕਿਤਾਬਾਂ ਦੇ ਵਿੱਚ ਕਿਸ ਤਰੀਕੇ ਦੀਆਂ ਕਹਾਣੀਆਂ ਨੇ ਜਿਹੜੀਆਂ ਇੱਕ ਰੀਡਰ ਨੂੰ ਪੜ੍ਹਨ ਨੂੰ ਮਿਲਣਗੀਆਂ? ਇੱਕ ਕਹਾਣੀ ਹੈ ਆਪਣਾ, ਹੁਣ ਤਾਂ ਪੂਰੇ ਹੋ ਗਏ ਨੇ, ਉਹ ਚੰਡੀਗੜ੍ਹ 'ਚ ਰਹਿੰਦੇ ਸੀ ਅਤੇ ਉਹਨਾਂ ਦਾ ਨਾਂ ਸਰਦਾਰ ਪ੍ਰੀਤਮ ਸਿੰਘ ਹੁੰਦਲ ਹੈ ਅਤੇ ਸਰਕਾਰੀ ਮਹਿਕਮੇ ਤੋਂ ਚੰਗੀ ਪੋਸਟ ਤੋਂ ਰਿਟਾਇਰ ਹੋਏ ਸੀ ਬਾਅਦ 'ਚੋਂ. ਅਤੇ ਵੰਡ ਤੋਂ ਪਹਿਲਾਂ ਉਸ ਉਹਨਾਂ ਦਾ ਪਿੰਡ ਸੀਗਾ ਖੇਵਾ ਹੁੰਦਲਾਂ, ਠੀਕ, ਹੁੰਦਲ, ਹਾਂਜੀ, ਅਤੇ ਸਿਆਲਕੋਟ ਤੋਂ. ਅਤੇ ਇੱਥੇ ਜਦੋਂ ਇਸ ਪਾਸੇ ਆਏ ਤਾਂ ਬਟਾਲੇ ਹੁਣ ਤਾਂ ਡਿਸਟ੍ਰਿਕਟ ਹੈ ਨਾ ਬਟਾਲੇ 'ਚ, ਅਤੇ ਉਹ ਨਾ ਵੰਡ ਦੀ ਕਹਾਣੀ ਮਤਲਬ ਵੰਡ ਇਹ 1998 ਦੀ ਗੱਲ ਹੈ. ਇਹਨਾਂ ਨੇ ਇੱਕ ਸੰਸਥਾ ਬਣੀ ਸੀ
ਇੰਡੋ ਪਾਕ ਪਰਿਵਾਰ ਮਿਲਾਪ ਟਰੱਸਟ ਹੈ ਜੀ, ਅਤੇ ਨਵਾਜ਼ ਸ਼ਰੀਫ ਵਗੈਰਾ ਦਾ ਇਹਨਾਂ ਦਾ ਪਿਛੋਕੜ ਜਿਹਾ ਤਰਨ ਤਾਰਨ ਦਾ, ਅਤੇ ਇਹ ਮਿਲਣ ਗਏ ਸੀ, ਸਾਰੇ ਗਏ ਇਕੱਠੇ ਉੱਤੇ ਹੋ ਕੇ, ਅਤੇ ਇੱਕ ਦੋ ਗੱਲਾਂ ਨੇ, ਇੱਕ ਤਾਂ ਮੇਰੇ ਖਿਆਲ ਇਹਦਾ ਰਿਕਾਰਡਡ ਹੈ, ਪਬਲਿਕ ਉਹਦੇ 'ਚ ਹੈ, ਨਵਾਜ਼ ਸ਼ਰੀਫ ਨੇ ਕਿਹਾ ਸੀ ਵੀ ਪੰਜਾਬ ਵਾਸਤੇ ਬੜਾ ਅਫੈਕਸ਼ਨ ਹੈ, ਜਿਹੜੀਆਂ ਟੈਨਸ਼ਨ ਚੰਗੀਆਂ ਨੇ, ਮੈਨੂੰ ਖੁਦ ਮਾੜਾ ਲੱਗਦਾ, ਮੇਰੀ ਧਰ ਉਹ ਵੀ ਮੇਰੀ ਧਰਤੀ ਹੈ, ਉਹਨਾਂ ਨੇ ਆਪਣਾ ਜਿਹੜਾ ਘਰ ਹੈ ਰਿਹਾਇਸ਼ ਹੈ ਉਹਦਾ ਨਾਂ ਵੀ ਜਾਤੀ ਉਮਰਾਂ ਰੱਖਿਆ ਹੋਇਆ, ਜਿਹੜਾ ਪਿੰਡ ਉਹਨਾਂ ਦਾ। ਦੂਜਾ ਇਹਨਾਂ ਨੂੰ ਨਾ ਇਹਨਾਂ ਨੇ ਖੁਦ ਦੱਸਿਆ ਸੀਗਾ ਵੀ ਉਹ ਇੱਕ ਵੀ ਪ੍ਰਾਈਮ ਮਿਨਿਸਟਰ ਹੁੰਦੇ ਹੋਏ ਵੀ ਜਦੋਂ ਇਹਨਾਂ ਦੀ ਗੱਲਬਾਤ ਹੋਈ ਉਹਦੇ ਨਾਲ, ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ ਹੈਂਜੀ ਕਿੱਥੇ ਹੈ, ਅਤੇ ਪਿੰਡ ਦਾ ਉਹਨਾਂ ਨੇ ਨਾਂ ਨੂੰ ਦੱਸਤਾ, ਉਹਨੇ ਆਪਣੇ ਕਿਸੇ ਅਫਸਰ ਨੂੰ ਝੱਟ ਕਹਿਤਾ ਵੀ ਇਹਨਾਂ ਨੂੰ ਆਪਣਾ, ਮਤਲਬ ਈਵਨ ਜਿਹੜਾ ਸਿਆਸਤਦਾਨ ਹੈ ਉਹ ਸਮਝਦਾ ਵੀ ਜਿਹੜੀ ਅਸੀਂ ਵਤਨ ਦੀ ਗੱਲ ਕਰ ਰਹੇ ਸੀ। ਅਤੇ ਇੱਕ ਇਹ ਗੱਲ ਦੇਖੋ, ਕਹਾਣੀਆਂ ਤਾਂ ਕਈ ਹੈਗੀਆਂ, ਪਰ ਜਿਹੜਾ ਇਹ ਗੱਲਾਂ ਨੇ ਨਾ ਜਿਵੇਂ ਵਤਨ ਦੀਆਂ, ਇੱਕ ਹੋਰ ਵੀ ਇਹ ਜਿਵੇਂ ਮੈਂ ਜਿਵੇਂ ਆਪਣੇ ਗ੍ਰੈਂਡਫਾਦਰ, ਉਹ ਇੱਕ ਕੋਈ ਵਰਲਡ ਪੰਜਾਬੀ ਕਾਨਫਰੰਸ ਹੋਈ ਸੀ ਚੰਡੀਗੜ੍ਹ 'ਚ, ਅਤੇ ਉੱਥੋਂ ਕੋਈ ਰਿਟਾਇਰਡ ਅਫਸਰ ਆਏ ਸੀਗੇ, ਉਹ ਉਹਨਾਂ ਦੇ ਇਲਾਕੇ ਦੇ ਸੀਗੇ, ਮਤਲਬ ਆਲੇ ਲਾਗੇ, ਅਤੇ ਉਹ ਮਿਲੇ ਸੀ, ਅਤੇ ਫਿਰ ਮੇਰੇ ਮਦਰ ਗਏ ਸੀ 2005 ਵਿੱਚ ਕਾਨਫਰੰਸ ਵਾਸਤੇ, ਅਤੇ ਵੈਸੇ ਗੱਲਾਂ ਬਾਤਾਂ ਹੋਈਆਂ, ਅਤੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਚੰਡੀਗੜ੍ਹ ਗਿਆ ਸੀ ਮੈਨੂੰ ਬ੍ਰਿਗੇਡੀਅਰ, ਫਿਰ ਬ੍ਰਿਗੇਡੀਅਰ ਚੌਧਰੀ, ਮਤਲਬ ਉਹਨਾਂ ਦਾ ਨਾਂ ਲਿੱਤਾ ਸੀ ਉਹਨਾਂ ਨੇ, ਸੋ ਫਿਰ ਮੇਰੇ ਮਦਰ ਨੇ ਕਿਹਾ ਉਹ ਤਾਂ ਐਕਚੁਅਲੀ ਮੇਰੇ, ਸੋ ਮੇਰੇ ਗ੍ਰੈਂਡਫਾਦਰ ਨਾਲ ਗਏ ਵੀ ਸੀ ਉਸ ਵੇਲੇ, ਫਿਰ ਉਹਨਾਂ ਦਾ ਮਿਲਾਪ ਹੋਇਆ, ਇਸ ਕਰਕੇ ਵੀ ਜਿਹੜਾ ਇਲਾਕਾ ਹੈਗਾ ਜਿਹੜਾ ਯੂਨੋ, ਸੋ ਇਹ ਕਈ ਵਾਰ ਅਸੀਂ ਮਿਸ ਆਊਟ ਕਰ ਜਾਂਦੇ ਹਾਂ। ਇੱਕ ਤਾਂ ਹੈ ਓਬਵੀਅਸਲੀ ਬਰੋਡਰ ਜੀ ਪਾਰਟੀਸ਼ਨ ਦਾ ਪਰਸਪੈਕਟਿਵ ਹੈ, ਹਾਲੇ ਵੀ ਮਤਲਬ ਜਿਹੜੇ ਰਹਿ ਗਏ ਨੇ, ਜਿਹੜੇ ਸਰਵਾਈਵਰਸ ਹੈਗੇ ਨੇ, ਉਹ ਰੋਜ਼ ਕਿਤੇ ਨਾ ਕਿਤੇ ਆਪਣੇ, ਤੋ ਮੇਰੇ ਖਿਆਲ ਨਾਲ ਐਟਲੀਸਟ ਜਿਹੜੇ ਇੱਕ ਉਮਰ ਤੋਂ ਕੋਈ 75 ਪਾਰ ਕਰ, ਮਤਲਬ ਜੋ ਪ੍ਰੀ ਪਾਰਟੀਸ਼ਨ ਹੈ ਜਿਹੜੀ ਗੱਲ ਹੋਈ ਸੀ ਵੀ ਵੀਜ਼ਾਸ, ਯੂਨੋ ਇਸ ਐਪ ਇਸ ਕਿਤਾਬ ਲਿਖ ਕੇ ਔਰ ਹੋਰ ਕਈ ਗੱਲਾਂ ਵੇਖ ਕੇ, ਇਹ ਵੀ ਜਿਹੜੇ 47 ਤੋਂ ਪਹਿਲਾਂ ਪੈਦਾ ਹੋਏ ਨੇ ਘੱਟ ਤੋਂ ਘੱਟ ਉਹਨਾਂ ਨੂੰ ਤਾਂ ਮੌਕਾ ਮਿਲੇ ਜਾਣ ਦਾ, ਆਪਣੇ ਦੋਵੇਂ ਪਾਸੇ ਆਪਣੇ ਬਰਥ ਪਲੇਸਿਸ ਜਿਹੜੇ ਹੈਗੇ ਨੇ ਜਿਹਦੇ ਪੈਦਾਇਸ਼ ਹੋਈ ਹੈ, ਹੈਂਜੀ, ਅਤੇ ਉਹਨਾਂ ਵਾਸਤੇ ਉਹ ਪਿਲਗ੍ਰਿਮੇਜ ਹੈ ਨਾ। ਅਤੇ ਬਾਕੀ ਜਿਹੜੇ ਜਿਹੜਾ ਰਿਲੀਜੀਅਸ ਜਿਹੜਾ ਕਰਤਾਰਪੁਰ ਰਿਲੀਜੀਅਸ ਕੋਰੀਡੋਰ ਦੀ, ਹੋਪਫੁਲੀ ਇਹ ਇੱਕ ਪੂਰੇ ਖਿੱਤੇ ਵਿੱਚ ਸਿਰਫ ਕੋਈ ਇੱਕ ਵਿਸ਼ੇਸ਼ ਵਰ ਖਿੱਤੇ ਵਿੱਚ ਕੋਈ ਰੋਲ ਪਲੇ ਕਰੇ ਵੀ ਅਮਨ ਚੈਨ ਵਧੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਤਾਂ ਮੈਸੇਜ ਉਹੀ ਹੈ ਅਲਟੀਮੇਟਲੀ, ਆਮਨੀ ਦਾ। ਔਰ ਹੁਣ ਕਈ ਗੱਲਾਂ ਮਤਲਬ ਮੈਂ ਈਵਨ ਜਿਹੜੇ ਉੱਥੋਂ ਜਿਹੜੇ ਹੈਗੇ ਨੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਅਜਮੇਰ ਸ਼ਰੀਫ ਜਾਂ ਹੋਰ ਕਿਤੇ, ਉਹਨਾਂ ਵਾਸਤੇ ਵੀ ਵੀਜ਼ਾਜ਼ ਲਿਬਰਲਾਈਜ਼ ਹੋਣੇ ਚਾਹੀਦੇ ਨੇ, ਜਿਵੇਂ ਸਾਡੀ ਚਾਹ ਹੈ ਜਾਣ ਦੀ ਸਾਡੇ ਗੁਰੂ ਘਰਾਂ ਦੇ ਦਰਸ਼ਨ ਕਰ, ਉੱਥੋਂ ਵੀ ਹੋਣਾ ਚਾਹੀਦਾ, ਸੋ ਗੱਲ ਵੀ ਚੱਲੀ ਹੈ। ਸੋ ਆਈ ਥਿੰਕ ਜਿਹੜਾ ਗੱਲਾਂ ਵੱਡੀਆਂ ਵੱਡੀਆਂ ਤਾਂ ਬਹੁਤ ਹੁੰਦੀਆਂ, ਸਟ੍ਰੈਟੇਜਿਕ ਐਨਲਿਸਟ ਬਹੁਤ, ਬਟ ਐਟਲੀਸਟ ਕਿਤੇ ਨਾ ਕਿਤੇ ਕੁਛ ਦੇਖੋ, ਜੋ ਹੁਣ ਅਸੀਂ ਇਹ ਕਹੀਏ ਵੀ ਜੀ 47 ਦੀ ਕਦੀ ਪਰਫੈਕਟ ਰੈਕਨਸੀਲੀਏਸ਼ਨ ਹੋ ਸਕਦੀ ਹੈ, ਇਹ ਕਿਤਾਬੀ ਗੱਲਾਂ ਨੇ, ਰੈਕਨਸੀਲੀਏਸ਼ਨ ਹੀਲਿੰਗ ਹੁੰਦੀ ਓਵਰ ਅ ਪੀਰੀਅਡ ਆਫ ਟਾਈਮ, ਲੋਕ ਮਿਲਣਗੇ, ਥੋੜ੍ਹਾ ਜਿਹਾ ਤਾਂ ਪਿਆਰ ਮੁਹੱਬਤ ਵੱਧਦਾ ਹੀ ਹੈ, ਅੰਡਰਸਟੈਂਡਿੰਗ ਵੱਧਦੀ ਹੈ, ਈਵਨ ਕਰਤਾਰਪੁਰ ਸਾਹਿਬ ਵਿੱਚ ਇੰਨੀਆਂ ਰਿਸਟ੍ਰਿਕਸ਼ਨਸ ਹੋਣ ਦੇ ਬਾਵਜੂਦ ਜਦੋਂ ਲੋਕ ਜਾਂਦੇ ਨੇ ਇੱਕ ਦੂਜੇ ਨਾਲ, ਜਦੋਂ ਗੱਲ ਕਈ ਜਿਵੇਂ ਹੁਣ ਕੀ ਹੋ ਗਿਆ ਸੋਸ਼ਲ ਮੀਡੀਆ ਕਰਕੇ ਕਈ ਲੋਕ ਜਿਹੜੇ ਨੇ ਕਿਸੇ ਨੂੰ ਮਿਲੇ, ਮਤਲਬ ਮੰਨ ਲਓ ਕਿਸੇ ਨੂੰ ਮਿਲੇ ਨਹੀਂ ਵੈਸੇ ਉਹ, ਹੈਂਜੀ, ਅਤੇ ਪਹਿਲੀ ਵਾਰ ਉੱਥੇ ਮਿਲਦੇ ਨੇ ਕਰਤਾਰਪੁਰ, ਜਿਹੜੇ ਪਾਕਿਸਤਾਨੀ ਲੋਕਲ ਨੇ ਉਹ ਪੁੱਛਦੇ ਨੇ ਵੀ ਕਦੋਂ ਆ ਰਹੇ ਹੋ, ਉੱਥੇ ਫਿਰ ਉਹ ਮਿਲਦੇ ਨੇ, ਗੱਲਾਂ ਬਾਤਾਂ ਹੁੰਦੀਆਂ। ਸੋ ਆਈ ਥਿੰਕ ਔਰ ਸੋਸ਼ਲ ਮੀਡੀਆ ਨੇ ਇਹ ਸਪੇਸ ਨੂੰ ਬਹੁਤ, ਕਈ ਜਿਹੜੀਆਂ ਕਹਾਣੀਆਂ ਜਿਹੜੀਆਂ ਪੰਜਾਬੀ 'ਚ ਰਿਕਾਰਡ ਹੋਈਆਂ, ਪਿੰਡਾਂ 'ਚ ਰਿਕਾਰਡ ਹੋਈਆਂ ਦੋਵੇਂ ਪਾਸੇ, ਇਹ ਜੇ ਸੋਸ਼ਲ ਮੀਡੀਆ ਨਾ ਹੁੰਦੀ ਤਾਂ ਇੱਕ ਤਾਂ ਕਹਾਣੀਆਂ ਨਹੀਂ ਆਉਣੀਆਂ ਸੀ ਬਾਹਰ, ਔਰ ਦੂਜੀ ਗੱਲ ਇਹ ਜਿਹੜੀ ਰੀਯੂਨੀਅਨਸ ਹੋਈਆਂ ਪਰਿਵਾਰਾਂ ਦੀਆਂ ਉਹ ਸ਼ਾਇਦ ਨਾ ਹੁੰਦੀਆਂ। ਸੋ ਇਹ ਇੱਕ
ਇੱਕ ਵੈਸੇ ਮੈਂ ਕਹਿਣਾ ਚਾਹਾਂਗਾ ਕਿ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਹੈ ਨਾ, ਕਿਸੇ ਵੀ ਗਰੁੱਪ ਨੂੰ ਐਂ ਨਹੀਂ ਕਹਿਣਾ ਚਾਹੀਦਾ ਵੀ ਜੀ ਸਾਡੀ ਸਫਰਿੰਗ ਜ਼ਿਆਦਾ ਹੋਈ ਹੈ। ਸਾਡੀ ਕਈ ਵਾਰ ਜਿਹੜੀ ਹਿਊਮਨ ਨੇਚਰ ਹੈ ਉਹ ਇਹ ਹੈ ਵੀ ਉਸ ਕਈ ਕੋਈ ਯੂਨੋ ਇੱਕ ਪਾਸੇ ਬੰਦਾ ਕਹਿ ਕੇ ਸਾਡੀ ਸਫਰਿੰਗ ਜ਼ਿਆਦਾ ਹੈ। ਇੱਕ ਬੰਦਾ ਜੋ ਜਦੋਂ ਕਹਾਣੀਆਂ ਦੇਖ ਕੇ ਸਿੱਖਿਆ ਵੀ ਜਿਹੜੀ ਬੇਸਿਕ ਜਿਹੜਾ ਮੈਸੇਜ ਹੈ ਹਿਊਮੈਨਿਟੀ ਦਾ, ਉਹ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ। ਸਾਡੇ 'ਚ ਸਾਰਾ ਇੱਕ ਟੈਂਡੈਂਸੀ ਹੁੰਦੀ ਹੈ ਜੀ, ਸਾਡਾ ਜੀ ਸਾਡਾ ਉਜਾੜਾ ਹੋਇਆ, ਸਾਡੀ ਸਫਰ। ਇਸ ਇਹ ਜਿਹੜੀ ਸਭ ਤੋਂ ਵੱਡੀ ਸੇਧ ਹੈ ਨਾ, ਉਹ ਇਹ ਮਿਲਦੀ ਹੈ ਵੀ ਐਮਪਥੀ ਹੋਣੀ ਚਾਹੀਦੀ ਹੈ। ਜਿੰਨੀ ਸੇਖ ਕਿਸੇ ਨੂੰ ਇੱਥੇ ਲੱਗੀ ਹੈ ਉਸ ਪਾਸੇ ਵੀ ਲੱਗੀ ਹੈ, ਔਰ ਉਸ ਪਾਸੇ ਜਿਹੜੇ ਬੰਦੇ ਉਹਨਾਂ ਨੂੰ ਐਂ ਨਹੀਂ ਕਦੀ ਸੋਚ ਆਉਣੀ ਚਾਹੀਦੀ ਵੀ ਜੀ ਸਾਡੀ ਹੋਈ ਹੈ, ਅਗਲੇ ਦੀ ਕੋਈ ਸਫਰਿੰਗ ਹੋਈ ਨਹੀਂ। ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਬਹੁਤ ਹੀ ਤਣਾਅਪੂਰਨ ਮਾਹੌਲ ਸੀ। ਇਸ ਵੇਲੇ ਅਸੀਂ 21ਵੀਂ ਸਦੀ 'ਚ ਪਹੁੰਚ ਗਏ ਹਾਂ, ਅਤੇ ਤੁਸੀਂ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਭਾਰਤ ਅਤੇ ਪਾਕਿਸਤਾਨ ਦੇ ਇੱਕ ਸੰਬੰਧ ਨੂੰ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਦੇ ਹੋ। ਆਈ ਥਿੰਕ ਫਿਊਚਰ 'ਚ ਜੀ, ਦੇਖੋ ਫਿਊਚਰ 'ਚ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਵੀ ਜਿਹੜੀ ਪ੍ਰੈਜੈਂਟ ਜਨਰੇਸ਼ਨ ਹੈ, ਦੇ ਆਰ ਦੇ ਡੋਂਟ ਹੈਵ ਦ ਬੈਗੇਜ ਵਿਚ ਇਜ਼ ਗੁੱਡ ਇਨ ਅ ਵੇ। ਯੂ ਕੈਨ ਆਲਸੋ ਸੇ ਇਟ ਦੇਰ ਅ ਡਾਊਨ ਸਾਈਡ ਬਿਕੋਜ਼ ਇਮੋਸ਼ਨਲ ਕਨੈਕਟ ਚਲੇ ਗਿਆ। ਹੁਣ ਤੁਸੀਂ ਨਾ ਮਤਲਬ ਫੋਰ ਇੰਸਟੈਂਸ ਜਦੋਂ ਤੁਸੀਂ ਕਈ ਥਾਵਾਂ 'ਤੇ ਜਾਓ, ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਮੰਨ ਲਓ ਬਿਜ਼ਨਸ 'ਚ, ਪਹਿਲਾਂ ਜਿਹੜੀ ਪੁਰਾਣੀ ਜਨਰੇਸ਼ਨ ਪਹਿਲਾਂ ਹੋਰ ਗੱਲਾਂ ਬਾਤਾਂ ਤੁਹਾਨੂੰ ਕਿੱਥੋਂ ਆਏ ਹੋਏ, ਉੱਥੇ ਲਾਹੌਰ 'ਚ ਵੀ ਕਈ ਤਾਂ ਪੁੱਛਦੇ ਨੇ ਹੈ, ਬਟ ਕਈ ਕਹਿੰਦੇ ਨੇ ਉਹ ਜ਼ਿਆਦਾ ਆਪਣਾ ਫੋਕਸ, ਔਰ ਚੰਗੀ ਗੱਲ ਹੈ ਉਹ ਕਿ ਵੀ ਕੀ ਟ੍ਰੇਡ ਕਰ ਸਕਦੇ ਨੇ, ਕੀ ਬਿਜ਼ਨਸ। ਸੋ ਪ੍ਰੈਕਟੀਕੈਲਿਟੀ ਹੈ। ਸੋ ਮੇਰੇ ਖਿਆਲ ਨਾਲ ਦੋਵੇਂ ਮੁਲਕਾਂ ਨੂੰ ਇੱਕ ਤਾਂ ਜਿਹੜੇ ਐਵਨਿਊਜ਼ ਨੇ ਕੋਆਪਰੇਸ਼ਨ ਦੇ ਐਕਸਪਲੋਰ ਕਰਨ, ਜਿੱਦਾਂ ਵਪਾਰ ਹੈ ਜਿਹੜਾ ਕਈ ਵਾਰ ਗੱਲ ਹੁੰਦੀ ਹੈ, 1965 ਤੱਕ ਵੀ ਚੱਲ, ਜਦੋਂ ਜੰਗ ਵੀ ਹੋਈ ਉਹ ਤੋਂ ਬਾਅਦ ਹੀ ਨਹੀਂ ਬੰਦ ਹੋਇਆ। ਸੋ ਐਟਲੀਸਟ ਦੋਵੇਂ ਪੰਜਾਬਾਂ ਦੇ ਵਿਚਕਾਰ ਲੈਂਡ ਕ੍ਰੋਸਿੰਗ ਦੇ ਥਰੂ ਵਪਾਰ, ਉਹ ਤਾਂ ਜਿਹੜਾ ਜਿਹੜੇ ਛੋਟੀਆਂ ਜਿਵੇਂ ਜਿਹੜੇ ਪੀਪਲ ਟੂ ਪੀਪਲ ਕੋਂਟੈਕਟ ਜਿਹੜੀਆਂ ਸ਼ੁਰੂ ਹੋਈਆਂ ਹੈ ਜੀ, ਜਿਹੜੇ ਸ਼ਰਧਾਲੂ ਜਿਵੇਂ ਜਾਂਦੇ ਨੇ ਉਹਨਾਂ ਵਾਸਤੇ ਸੌਖੇ ਕਨ ਕੋਈ ਜਿਹੜੇ ਰਿਸਟ੍ਰਿਕਸ਼ਨਸ ਨੇ ਘਟਾ ਕੇ ਤਾਂ ਕਿ ਈਜ਼ ਆਊਟ ਹੋਵੇ ਆਮ ਬੰਦਾ, ਹੈ ਜੀ। ਸੋ ਉਹ ਇੱਕ ਤਾਂ ਉਹ ਸਾਈਡ ਹੈ ਹੀ ਹੈ। ਦੂਜੀ ਗੱਲ ਇਹ, ਆਟੋਮੈਟਿਕਲੀ ਮੇਰੇ ਖਿਆਲ ਕਿ ਚੰਗੀ ਪੋਜ਼ਿਟਿਵ ਡਿਵੈਲਪਮੈਂਟਸ ਹੋਈਆਂ, ਜਿਵੇਂ ਤੁਹਾਨੂੰ ਕਰਤਾਰਪੁਰ ਸਾਹਿਬ ਦੇ ਥਰੂ ਕਿਹਾ, ਈਵਨ ਸੋਸ਼ਲ ਮੀਡੀਆ ਦੇ ਥਰੂ ਜਿਹੜੀ ਰੀਯੂਨਾਈਟ ਹੋਈਆਂ ਪਰ ਫੈਮਿਲੀਜ਼, ਚਾਹੇ ਉਹ ਨਾ ਹੁੰਦੀਆਂ ਜੇ ਸੋਸ਼ਲ ਮੀਡੀਆ ਨਾ ਹੁੰਦਾ, ਅਤੇ ਹਾਂ ਪੰਜਾਬੀ ਲਹਿਰ ਨੇ ਬਹੁਤ, ਆਈ ਥਿੰਕ ਦੇ ਹੈਵ ਡਨ ਯੂਮਨਸ ਸਭ ਤੋਂ ਜ਼ਿਆਦਾ ਕੰਮ, ਜੋ ਇਫੈਕਟਿਵ ਕੰਮ ਤਾਂ ਸਾਰਿਆਂ ਨੇ ਕੀਤਾ, ਹਰ ਬੰਦੇ ਦਾ ਰੋਲ ਆਪਣਾ ਹੁੰਦਾ, ਪਰ ਬੜੇ ਇਫੈਕਟਿਵ ਤਰੀਕੇ ਨਾਲ ਗਰਾਸ ਰੂਟ ਜਿਹੜਾ ਇਨੀਸ਼ੀਏਟਿਵ ਹੈਗਾ ਉਹਨਾਂ ਦਾ। ਔਰ ਗੱਲ ਇਹ ਹੈ ਕਿ ਤੁਸੀਂ ਫਿਰ ਐਟਲੀਸਟ ਜਿਹੜੀ ਜਿਹੜੇ ਲੋਕਾਂ ਨੂੰ ਕੋਈ ਆਸ ਹੀ ਨਹੀਂ ਸੀ ਵੀ ਅਸੀਂ ਜਿਹੜੇ ਸੈਪਰੇਟਡ ਫੈਮਿਲੀਜ਼ ਹੈਗੇ ਅਸੀਂ ਮਿਲਣਾ ਕਦੀ, ਉਹਨਾਂ ਨੂੰ ਵੀ ਮਿਲਾ ਦਿੱਤਾ, ਬਹੁਤ ਵੱਡੀ ਅਚੀਵਮੈਂਟ ਹੈ। ਔਰ ਨੈਕਸਟ ਇਹ ਹੈ ਵੀ ਜਿਵੇਂ ਜਿਹੜੇ ਮੈਂ ਪੀਪਲ ਟੂ ਪੀਪਲ ਦੀ ਗੱਲ ਕਰ ਰਿਹਾ ਸੀ, ਜਿਹੜੀ ਖੇਡਾਂ ਨੇ ਸਪੋਰਟਸ, ਇਹ ਵੀ ਜਿਹੜੇ ਖਿਡਾਰੀ ਨੇ ਆਪਸ ਵਿੱਚ ਇਹਦੇ ਕੋਈ ਇਨਸਪਾਇਰਡ ਆਫ ਦ ਫੈਕਟ ਕਿ ਸਿਆਸੀ ਤਣਾਅ ਹੋਣਗੇ, ਪਰ ਬੜਾ ਔਰ ਕਈ ਪੰਜਾਬੀ ਮਤਲਬ ਕ੍ਰਿਕਟ 'ਚ ਜਿਵੇਂ ਵਿਰਾਟ ਕੋਹਲੀ ਹੈ ਉਹ ਪੰਜਾਬੀ 'ਚ ਗੱਲ, ਇਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਮਿਸ ਆਊਟ ਕਰ ਜਾਂਦੇ ਹਾਂ, ਪਰ ਪੋਜ਼ਿਟਿਵਸ ਹੈਗੇ ਨੇ। ਹੁਣ ਗੱਲ ਇਹ ਹੈ ਵੀ ਕਿਤੇ ਨਾ ਕਿਤੇ ਇਸ ਖਿੱਤੇ ਵਿੱਚ ਯੂਨੋ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬੈਲ ਦ ਕੈਟ ਦੀ ਗੱਲ ਹੁੰਦੀ ਹੈ, ਜਾਂ ਈਵਨ ਜਿਹੜੇ ਛੋਟੇ ਛੋਟੇ ਜਿਹੜੇ ਇਨੀਸ਼ੀਏਟਿਵਸ ਨੇ ਉਹਨਾਂ ਨੂੰ ਜਿਹੜਾ ਵਧਾਵਾ ਦਿੱਤਾ ਜਾਵੇ, ਔਰ ਟਾਈਮ ਲੱਗੇਗਾ। ਦੇਖੋ ਕੁਛ ਤਾਂ ਰਿਐਲਿਟੀਜ਼ ਹੈਗੀਆਂ, ਅਸੀਂ ਯੂਟੋਪੀਆ 'ਚ ਰਹਿ ਨਹੀਂ ਸਕਦੇ, ਪਰ ਇਹ ਜਿਹੜੇ ਛੋਟੇ ਛੋਟੇ ਜਿਹੜੇ ਇਨੀਸ਼ੀਏਟਿਵਸ ਹੈਗੇ ਨੇ ਇਹਨਾਂ ਨਾਲ ਬਹੁਤ ਫਾਇਦਾ ਹੋਏਗਾ। ਔਰ ਇੱਕ ਹੋਰ ਮੈਂ ਗੱਲ ਤੁਹਾਨੂੰ ਦੱਸਾਂ ਕਿ ਜਿਹੜਾ ਬੰਦਾ ਬਿਲਕੁਲ ਸਰਹੱਦ 'ਤੇ ਰਹਿੰਦਾ, ਮੰਨ ਲਓ ਇਸ ਪਾਸੇ ਉਸ ਪਾਸੇ, ਉਹ ਐਕਚੁਲੀ ਜ਼ਿਆਦਾ ਕਨੈਕਟਡ ਹੈ ਦੂਜੇ ਮੁਲਕ ਦੀ ਉਸ। ਹੁਣ ਜਿਵੇਂ ਜਿਹੜਾ ਬੰਦਾ ਬਿਲਕੁਲ ਇੱਥੇ ਬਾਰਡਰ 'ਤੇ ਹੈ, ਉਹ ਤਾਂ ਚਾਹੁੰਦਾ ਜੀ ਵਪਾਰ ਖੁੱਲ੍ਹੇ, ਆਉਣਾ ਚਾਹੁੰਦਾ, ਕਿਉਂਕਿ ਲੋਸਿਸ ਜਿਵੇਂ ਜਦੋਂ ਵਪਾਰ ਬੰਦ ਹੋਇਆ ਬਹੁਤ ਜੋਬ ਲੋਸਿਸ ਹੋਈਆਂ, ਸੋ ਉਹਨੂੰ ਤਾਂ ਹੁਣ ਉਹ ਹੋਸਟੈਲਿਟੀ ਉਹੋ ਜਿਹੀ ਨਹੀਂ, ਉਹ ਤਾਂ ਪ੍ਰੈਕਟੀਕੈਲਿਟੀ ਤੂੰ ਸੋਚ ਰਿਹਾ। ਸੋ ਇਹ ਗੱਲਾਂ ਵੀ ਐਡਰੈਸ ਕਰਨ ਵਾਲੀਆਂ। ਸੋ ਯੂ ਨੀਡ ਅ ਮਿਕਸ ਆਫ ਇਮੋਸ਼ਨ ਐਂਡ ਰਿਐਲਿਟੀ, ਐਂਡ ਯੂ ਸ਼ੁੱਡ ਲਰਨ ਫਰੋਮ ਦ ਪਾਸਟ, ਬਟ ਯੂ ਸ਼ੁੱਡ ਹੈਵ ਗੈਟ ਪੋਜ਼ਿਟਿਵ ਲੈਸਨ ਫਰੋਮ ਦ ਪਾਸਟ ਐਂਡ ਨੋਟ ਬੀ ਸਟੱਕ ਪਾਸਟ ਨੂੰ। ਐਕਰਮਨੀ ਔਰ ਹੋਸਟੈਲਿਟੀ ਨਹੀਂ ਸਾਨੂੰ ਵਧਾਉਣੀ ਚਾਹੀਦੀ, ਐਮਪਥੀ ਸਿੱਖਣੀ ਚਾਹੀਦੀ ਸਾਨੂੰ।